ਇੱਕ ਰਿਸ਼ਵਤਖੋਰ ਇੰਜੀਨੀਅਰ ਨੂੰ ਰਿਸ਼ਵਤ ਲੈਂਦੇ ਹੋਏ ਸ਼ਰਿਆਮ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਵਿਜੀਲੈਂਸ ਦੇ ਵੱਲੋਂ ਜਦੋਂ ਉਸਦੇ ਘਰ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੀ ਨੋਟਾਂ ਦੇ ਅੰਬਾਰ ਦੇਖ ਕੇ ਹੋਸ਼ ਉੱਡ ਗਏ। ਤਾਂ ਦੱਸ ਦਈਏ ਕਿ ਉਸ ਇੰਜੀਨੀਅਰ ਦੇ ਘਰ ਦੇ ਵਿੱਚੋਂ ਕਰੀਬ 80 ਲੱਖ ਰੁਪਏ ਬਰਾਮਦ ਕੀਤੇ ਗਏ ਨੇ। 500-500 ਦੇ ਨੋਟਾਂ ਦੀਆਂ ਗੱਡੀਆਂ ਜਦੋਂ ਨਿਕਲਣੀਆਂ ਸ਼ੁਰੂ ਹੋਈਆਂ ਉਸਦੇ ਘਰ ਦੇ ਵਿੱਚੋਂ ਤਾਂ ਇਹ ਦੇਖ ਕੇ ਵਿਜੀਲੈਂਸ ਦੇ ਅਧਿਕਾਰੀ ਵੀ ਹੈਰਾਨ ਹੋ ਗਏ। ਤਾਂ ਜੈਅੰਤ ਗੋਸਵਾਮੀ ਵਜੋਂ ਇਸ ਇੰਜੀਨੀਅਰ ਦੀ ਪਹਿਚਾਣ ਹੋਈ ਹੈ ਜਿਸ ਦੇ ਘਰੋਂ 500-500 ਦੇ ਨੋਟਾਂ ਦੇ ਅੰਬਾਰ ਲੱਗੇ ਨੇ। ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੋਟਾਂ ਦੇ ਅੰਬਾਰਾਂ ਦੀ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਰਿਸ਼ਵਤਖੋਰ ਇੰਜੀਨੀਅਰ ਦੇ ਵੱਲੋਂ ਕਿਵੇਂ ਲੋਕਾਂ ਦੇ ਹੱਕ ਦੀ ਕਮਾਈ ਨੂੰ ਨਿਚੋੜਿਆ ਗਿਆ। ਤਾਂ ਦੱਸ ਦਈਏ ਕਿ ਇਸ ਇੰਜੀਨੀਅਰ ਦੇ ਘਰੋਂ 80 ਲੱਖ ਰੁਪਏ ਬਰਾਮਦ ਹੋਏ ਨੇ। ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਨੂੰ ਰਿਸ਼ਵਤ ਲੈਣ ਦੀ ਜਾਣਕਾਰੀ ਜੋ ਹੈ ਉਹ ਪ੍ਰਾਪਤ ਹੋਈ ਸੀ। ਮੌਕੇ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤਾਂ ਰੰਗੇ ਹੱਥੀ ਇਸ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਜਾਂਦਾ। 20,000 ਰੁਪਏ ਦੀ ਇਸ ਦੇ ਵੱਲੋਂ ਕਿਸੇ ਦੇ ਕੋਲੋਂ ਰਿਸ਼ਵਤ ਲਈ ਜਾ ਰਹੀ ਸੀ। ਤਾਂ ਜਿਵੇਂ ਹੀ ਵਿਜੀਲੈਂਸ ਦੀ ਟੀਮ ਨੇ ਸਮਾਂ ਨਾ ਗਵਾਉਂਦੇ ਹੋਏ ਜਦੋਂ ਉਸਦੇ ਘਰ ਜਾ ਕੇ ਛਾਪੇਮਾਰੀ ਕੀਤੀ ਤਾਂ ਜਦੋਂ ਨੋਟ ਨਿਕਲਣੇ ਸ਼ੁਰੂ ਹੋਏ ਤਾਂ ਇਹ ਦੇਖ ਕੇ ਵਿਜੀਲੈਂਸ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਤਾਂ ਮਾਮਲਾ ਆਸਾਮ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਐਗਜ਼ੀਕਿਊਟਿਵ ਇੰਜੀਨੀਅਰ ਜੈਅੰਤ ਗੋਸਵਾਮੀ ਦੇ ਘਰੋਂ ਨੋਟਾਂ ਦਾ ਜ਼ਖੀਰਾ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਇੱਕ ਹੋਟਲ ਦੇ ਵਿੱਚ ਇਸ ਇੰਜੀਨੀਅਰ ਦੇ ਵੱਲੋਂ ਕਿਸੇ ਦੇ ਕੋਲੋਂ 20,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ। ਮੌਕੇ ਦੇ ਉੱਤੇ ਵਿਜੀਲੈਂਸ ਦੀ ਟੀਮ ਛਾਪਾ ਮਾਰਦੀ ਹੈ ਜਿੱਥੇ 20,000 ਰੁਪਏ ਜ਼ਬਤ ਕੀਤੇ ਜਾਂਦੇ ਨੇ। ਉੱਥੇ ਹੀ ਜਦੋਂ ਉਸਦੇ ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਵਿਜੀਲੈਂਸ ਦੀ ਟੀਮ ਵੱਲੋਂ, ਐਂਟੀ ਕਰਪਸ਼ਨ ਦੀ ਟੀਮ ਵੱਲੋਂ, ਤਾਂ ਮੌਕੇ ਦੇ ਉੱਤੇ ਤਸਵੀਰਾਂ ਜੋ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੇਖ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਨੇ। ਤਾਂ ਦੱਸ ਦਈਏ ਕਿ ਜੈਅੰਤ ਗੋਸਵਾਮੀ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਇੱਕ ਰਿਸ਼ਵਤਖੋਰ ਇੰਜੀਨੀਅਰ ਨੂੰ ਰਿਸ਼ਵਤ ਲੈਂਦੇ ਹੋਏ ਸ਼ਰਿਆਮ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਵਿਜੀਲੈਂਸ ਦੇ ਵੱਲੋਂ ਜਦੋਂ ਉਸਦੇ ਘਰ ਜਾ ਕੇ ਛਾਪੇਮਾਰੀ ਕੀਤੀ ਗਈ ਤਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੀ ਨੋਟਾਂ ਦੇ ਅੰਬਾਰ ਦੇਖ ਕੇ ਹੋਸ਼ ਉੱਡ ਗਏ। ਤਾਂ ਦੱਸ ਦਈਏ ਕਿ ਉਸ ਇੰਜੀਨੀਅਰ ਦੇ ਘਰ ਦੇ ਵਿੱਚੋਂ ਕਰੀਬ 80 ਲੱਖ ਰੁਪਏ ਬਰਾਮਦ ਕੀਤੇ ਗਏ ਨੇ। 500-500 ਦੇ ਨੋਟਾਂ ਦੀਆਂ ਗੱਡੀਆਂ ਜਦੋਂ ਨਿਕਲਣੀਆਂ ਸ਼ੁਰੂ ਹੋਈਆਂ ਉਸਦੇ ਘਰ ਦੇ ਵਿੱਚੋਂ ਤਾਂ ਇਹ ਦੇਖ ਕੇ ਵਿਜੀਲੈਂਸ ਦੇ ਅਧਿਕਾਰੀ ਵੀ ਹੈਰਾਨ ਹੋ ਗਏ। ਤਾਂ ਜੈਅੰਤ ਗੋਸਵਾਮੀ ਵਜੋਂ ਇਸ ਇੰਜੀਨੀਅਰ ਦੀ ਪਹਿਚਾਣ ਹੋਈ ਹੈ ਜਿਸ ਦੇ ਘਰੋਂ 500-500 ਦੇ ਨੋਟਾਂ ਦੇ ਅੰਬਾਰ ਲੱਗੇ ਨੇ। ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਨੋਟਾਂ ਦੇ ਅੰਬਾਰਾਂ ਦੀ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਰਿਸ਼ਵਤਖੋਰ ਇੰਜੀਨੀਅਰ ਦੇ ਵੱਲੋਂ ਕਿਵੇਂ ਲੋਕਾਂ ਦੇ ਹੱਕ ਦੀ ਕਮਾਈ ਨੂੰ ਨਿਚੋੜਿਆ ਗਿਆ। ਤਾਂ ਦੱਸ ਦਈਏ ਕਿ ਇਸ ਇੰਜੀਨੀਅਰ ਦੇ ਘਰੋਂ 80 ਲੱਖ ਰੁਪਏ ਬਰਾਮਦ ਹੋਏ ਨੇ। ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਨੂੰ ਰਿਸ਼ਵਤ ਲੈਣ ਦੀ ਜਾਣਕਾਰੀ ਜੋ ਹੈ ਉਹ ਪ੍ਰਾਪਤ ਹੋਈ ਸੀ। ਮੌਕੇ ਦੇ ਉੱਤੇ ਜਦੋਂ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤਾਂ ਰੰਗੇ ਹੱਥੀ ਇਸ ਇੰਜੀਨੀਅਰ ਨੂੰ ਗ੍ਰਿਫਤਾਰ ਕੀਤਾ ਜਾਂਦਾ। 20,000 ਰੁਪਏ ਦੀ ਇਸ ਦੇ ਵੱਲੋਂ ਕਿਸੇ ਦੇ ਕੋਲੋਂ ਰਿਸ਼ਵਤ ਲਈ ਜਾ ਰਹੀ ਸੀ। ਤਾਂ ਜਿਵੇਂ ਹੀ ਵਿਜੀਲੈਂਸ ਦੀ ਟੀਮ ਨੇ ਸਮਾਂ ਨਾ ਗਵਾਉਂਦੇ ਹੋਏ ਜਦੋਂ ਉਸਦੇ ਘਰ ਜਾ ਕੇ ਛਾਪੇਮਾਰੀ ਕੀਤੀ ਤਾਂ ਜਦੋਂ ਨੋਟ ਨਿਕਲਣੇ ਸ਼ੁਰੂ ਹੋਏ ਤਾਂ ਇਹ ਦੇਖ ਕੇ ਵਿਜੀਲੈਂਸ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਤਾਂ ਮਾਮਲਾ ਆਸਾਮ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਐਗਜ਼ੀਕਿਊਟਿਵ ਇੰਜੀਨੀਅਰ ਜੈਅੰਤ ਗੋਸਵਾਮੀ ਦੇ ਘਰੋਂ ਨੋਟਾਂ ਦਾ ਜ਼ਖੀਰਾ ਬਰਾਮਦ ਹੋਇਆ। ਜਾਣਕਾਰੀ ਅਨੁਸਾਰ ਇੱਕ ਹੋਟਲ ਦੇ ਵਿੱਚ
ਇਸ ਇੰਜੀਨੀਅਰ ਦੇ ਵੱਲੋਂ ਕਿਸੇ ਦੇ ਕੋਲੋਂ 20,000 ਰੁਪਏ ਦੀ ਰਿਸ਼ਵਤ ਲਈ ਜਾ ਰਹੀ ਸੀ। ਮੌਕੇ ਦੇ ਉੱਤੇ ਵਿਜੀਲੈਂਸ ਦੀ ਟੀਮ ਛਾਪਾ ਮਾਰਦੀ ਹੈ, ਜਿੱਥੇ 20,000 ਰੁਪਏ ਜ਼ਬਤ ਕੀਤੇ ਜਾਂਦੇ ਨੇ। ਉੱਥੇ ਹੀ ਜਦੋਂ ਉਸਦੇ ਘਰ ਜਾ ਕੇ ਤਲਾਸ਼ੀ ਅਭਿਆਨ ਚਲਾਇਆ ਜਾਂਦਾ ਵਿਜੀਲੈਂਸ ਦੀ ਟੀਮ ਵੱਲੋਂ, ਐਂਟੀ ਕਰਪਸ਼ਨ ਦੀ ਟੀਮ ਵੱਲੋਂ, ਤਾਂ ਮੌਕੇ ਦੇ ਉੱਤੇ ਤਸਵੀਰਾਂ ਜੋ ਸਾਹਮਣੇ ਆਉਂਦੀਆਂ ਨੇ ਉਸ ਨੂੰ ਦੇਖ ਕੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਨੇ। ਤਾਂ ਦੱਸ ਦਈਏ ਕਿ ਜੈਨਤ ਗੋਸਵਾਮੀ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ।